ਅਨਲੋਕ 4.0 ਦੇ ਰਾਹੀਂ ਲੋਕਾਂ ਨੂੰ ਬੜੀਆਂ ਸਾਰੀਆਂ ਰਿਆਇਤਾਂ ਦਿੱਤੀਆਂ ਗਈਆਂ ਤਾਂ ਕਿ ਲੋਕਾਂ ਦਾ ਜੀਵਨ ਪੱਧਰ ਉੱਪਰ ਆ ਸਕੇ ਪਰ ਇਹ ਸਭ ਦੇ ਵਿਚਾਲੇ ਪੰਜਾਬ ਸਰਕਾਰ ਦੇ ਵੱਲੋਂ ਇਨਬਿਨ ਰਿਆਇਤਾਂ ਜੋ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਸਨ ਉਹ ਨਹੀਂ ਲਾਗੂ ਕੀਤੀਆਂ ਗਈਆਂ ਕੁਝ ਤਬਦੀਲੀ ਕੀਤੀ ਗਈ ਪਰ ਹਾਲੀ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਵਾਹਨਾਂ ਨੂੰ ਲੈ ਕੇ ਨਵੀਆਂ ਗਾਈਡਲਾਈਨ ਜਾਰੀ ਕੀਤੀਆਂ ਨੇ ਕਿਉਂਕਿ ਲੰਬੇ ਸਮੇਂ ਤੋਂ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਸਨ ਕਿ ਜੇਕਰ ਵਾਹਨ ਦੇ ਉੱਤੇ ਇੱਕ ਵਿਅਕਤੀ ਜਾ ਰਿਹਾ ਹੈ ਤਾਂ ਉਸ ਨੂੰ ਉੱਥੇ ਸੋਸ਼ਲ ਡਿਸਟੈਂਸ ਦਾ ਕਿਥੋਂ ਧਿਆਨ ਆ ਗਿਆ ਕਿਉਂਕਿ ਉਹ ਇਕੱਲਾ ਹੀ ਵਿਅਕਤੀ ਜਾ ਰਿਹਾ ਹੈ ਜਿਹਦੇ ਵਿੱਚ ਉਸ ਵਿਅਕਤੀ ਦਾ ਚਲਾਨ ਕਿਉਂ ਕੀਤਾ ਜਾ ਰਿਹਾ ਉਸ ਨੂੰ ਜੁਰਮਾਨਾ ਕਿਉਂ ਲਗਾਇਆ ਜਾ ਰਿਹਾ ਸੋ ਕਈ ਤਰ੍ਹਾਂ ਦੇ ਸਵਾਲ ਸਨ ਲਗਾਤਾਰ ਸਰਕਾਰਾਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਆਖਿਰ ਅਜਿਹਾ ਨਾ ਕੀਤਾ ਜਾਵੇ ਜਿਸ ਨੂੰ ਵੇਖਦੇ ਹੋਏ ਕੇਂਦਰ ਸਰਕਾਰ ਨੇ ਹੁਣ ਨਵੀਆਂ ਗਾਈਡਲਾਈਨ ਜਾਰੀ ਕੀਤੀਆਂ ਨੇ ਜਿਸ ਵਿੱਚ ਸਾਫ਼ ਤੌਰ ਤੇ ਕੇਂਦਰ ਸਰਕਾਰ ਨੇ ਗੱਲ ਆਖੀ ਹੈ ਕਿ ਸਾਈਕਲ ਤੇ ਗੱਡੀ ਯਾਨੀ ਕਿ ਕਾਰ ਤੇ ਜਾਣ ਵਾਲੇ ਜੇਕਰ ਇੱਕ ਵਿਅਕਤੀ ਹੈ ਗੱਡੀ ਦੇ ਵਿੱਚ ਸਾਈਕਲ ਤੇ ਇੱਕ ਵਿਅਕਤੀ ਜਾ ਰਿਹਾ ਹੈ ਤਾਂ ਉਸ ਦੇ ਲਈ ਮਾਸਕ ਪਾਉਣਾ ਲਾਜ਼ਮੀ ਨਹੀਂ ਹੋਵੇਗਾ ਯਾਨੀ ਕਿ ਜੇਕਰ ਇੱਕ ਵਿਅਕਤੀ ਦੇ ਉੱਤੇ ਮੂੰਹ ਦੇ ਉੱਤੇ ਮਾਸਕ ਨਹੀਂ ਹੋਵੇਗਾ ਅਤੇ ਇਕੱਲਾ ਹੀ ਵਿਅਕਤੀ ਗੱਡੀ ਵਿੱਚ ਜਾ ਰਿਹਾ ਜਾਂ ਆਪਣੇ ਸਾਈਕਲ ਤੇ ਜਾ ਰਿਹਾ ਹੈ ਤਾਂ ਉਸ ਨੂੰ ਕੋਈ ਜੁਰਮਾਨਾ ਨਹੀਂ ਹੋਵੇਗਾ ਉਸ ਦਾ ਕੋਈ ਚਲਾਨ ਨਹੀਂ ਕੀਤਾ ਜਾਵੇਗਾ ਪਰ ਹੁਣ ਕਈ ਦਰਸ਼ਕਾਂ ਦੇ ਮਨ ਦੇ ਵਿੱਚ ਸਵਾਲ ਖੜਾ ਹੋਵੇਗਾ ਕਿ ਸਾਈਕਲ ਤੇ ਗੱਡੀ ਨੂੰ ਲੈ ਕੇ ਹੀ ਰਹਿਤਾਂ ਦਿੱਤੀਆਂ ਗਈਆਂ ਨੇ ਕਿ ਟੂ ਵਿਲਰ ਹੋਰ ਜਿਸ ਤਰ੍ਹਾਂ ਕਿ ਮੋਟਰਸਾਈਕਲ ਨੂੰ ਲੈ ਕੇ ਰਹਿਤਾਂ ਦਿੱਤੀਆਂ ਗਈਆਂ ਨੇ ਜਾਂ ਨਹੀਂ ਇਸ ਵਿੱਚ ਸਾਫ਼ ਤੌਰ ਤੇ ਜੋ ਕੇਂਦਰ ਸਰਕਾਰ ਨੇ ਗਾਈਡਲਾਈਨ ਜਾਰੀ ਕੀਤੀ ਆ ਉਸ ਦੇ ਵਿੱਚ ਮੋਟਰਸਾਈਕਲਾਂ ਦਾ ਜ਼ਿਕਰ ਜਾਂ ਸਕੂਟਰੀਜ਼ ਦਾ ਜ਼ਿਕਰ ਕਿਤੇ ਵੀ ਨਹੀਂ ਕੀਤਾ ਗਿਆ ਸਿਰਫ ਤੇ ਸਿਰਫ ਇਹੀ ਗੱਲ ਆਖੀ ਗਈ ਹੈ ਕਿ ਸਾਈਕਲ ਦੇ ਉੱਤੇ ਜੇਕਰ ਤੁਸੀਂ ਇਕੱਲੇ ਜਾ ਰਹੇ ਹੋ ਘੁੰਮ ਰਹੇ ਹੋ ਜਾਂ ਕਿਤੇ ਵੀ ਜਾ ਰਹੇ ਹੋ ਤਾਂ ਉਸ ਸਮੇਂ ਤੁਹਾਡੇ ਲਈ ਜੋ ਹੈ ਮਾਸਕ ਪੋਣਾ ਲਾਜ਼ਮੀ ਨਹੀਂ ਹੋਵੇਗਾ ਤੇ ਨਾਲ ਹੀ ਦੂਜੇ ਪਾਸੇ ਜੇਕਰ ਗੱਡੀ ਦੇ ਵਿੱਚ ਤੁਸੀਂ ਇਕੱਲੇ ਸਫ਼ਰ ਕਰ ਰਹੇ ਹੋ ਤਾਂ ਉਸ ਸਮੇਂ ਵੀ ਤੁਹਾਡੇ ਮੂੰਹ ਤੇ ਜੇਕਰ ਮਾਸਕ ਨਹੀਂ ਹੈ ਤਾਂ ਵੀ ਤੁਹਾਨੂੰ ਪੁਲਿਸ ਮੁਲਾਜ਼ਮ ਨਹੀਂ ਰੋਕਣਗੇ ਤੇ ਨਾ ਹੀ ਤੁਹਾਡੇ ਤੋਂ ਜੁਰਮਾਨੇ ਦਾ ਭੁਗਤਾਨ ਕੀਤਾ ਜਾਵੇਗਾ ਇੱਕ ਵੱਡੀ ਰਾਇਤ ਜੋ ਹੈ ਕੇਂਦਰ ਸਰਕਾਰ ਨੇ ਦਿੱਤੀ ਹੈ ਉੱਥੇ ਹੀ ਪੰਜਾਬ ਸਰਕਾਰ ਦੀ ਗੱਲ ਕਰੀਏ ਪੰਜਾਬ ਸਰਕਾਰ ਵੀ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਕੋਵਿਡ-19 ਨੂੰ ਲੈ ਕੇ ਹੋਰ ਰੈਇਤਾਂ ਦਿੱਤੀਆਂ ਜਾਣ ਪਰ ਇਸ ਸਮੇਂ ਕਰੋਨਾ ਦੇ ਵੱਡੀ ਗਿਣਤੀ ਵਿੱਚ ਮਰੀਜ਼ ਸਾਹਮਣੇ ਆ ਰਹੇ ਨੇ ਅਜਿਹੇ ਦੇ ਵਿੱਚ ਪੰਜਾਬ ਸਰਕਾਰ ਨੇ ਵੀ ਸਖਤਾਈ ਕੀਤੀ ਹੋਈ ਹੈ ਹਾਲੀ ਦੇ ਵਿੱਚ ਪੰਜਾਬ ਸਰਕਾਰ ਨੇ ਲਾਜ਼ਮੀ ਕਰ ਦਿੱਤਾ ਹੈ ਕਿ ਹਰ ਇੱਕ ਨੂੰ ਕਰੋਨਾ ਟੈਸਟ ਕਰਵਾਉਣਾ ਲਾਜ਼ਮੀ ਹੋਵੇਗਾ ਤੇ ਜੇਕਰ ਕਿਸੇ ਪਿੰਡ ਦੇ ਲੋਕਾਂ ਦੇ ਵੱਲੋਂ ਕਰੋਨਾ ਟੈਸਟਿੰਗ ਟੀਮਾਂ ਦਾ ਬਾਈਕਾਟ ਕੀਤਾ ਜਾਂਦਾ ਹੈ ਤਾਂ ਉਸ ਪਿੰਡ ਦੇ ਸਰਪੰਚ ਜਾਂ ਉਹਨਾਂ ਲੋਕਾਂ ਤੇ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਵੇਗੀ ਹਾਲੀ ਦੇ ਵਿੱਚ ਕੁਝ ਤਸਵੀਰਾਂ ਜਈਆਂ ਸਾਹਮਣੇ ਆਈਆਂ ਸਨ ਜਿਸ ਵਿੱਚ ਸਾਫ਼ ਤੌਰ ਤੇ ਕਰੋਨਾ ਟੈਸਟਿੰਗ ਦੀਆਂ ਟੀਮਾਂ ਪਿੰਡਾਂ ਦੇ ਵਿੱਚ ਤਾਂ ਜਾ ਰਹੀਆਂ ਸਨ ਲੋਕਾਂ ਦੇ ਕਰੋਨਾ ਟੈਸਟ ਕਰਾਉਣ ਪਰ ਇਹ ਸਭ ਦੇ ਬਾਵਜੂਦ ਪਿੰਡਾਂ ਦੇ ਲੋਕਾਂ ਦੇ ਵੱਲੋਂ ਕਰੋਨਾ ਟੈਸਟਿੰਗ ਟੀਮਾਂ ਦਾ ਬਾਈਕਾਟ ਕੀਤਾ ਜਾ ਰਿਹਾ ਸੀ ਜਿਸ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਤੇ ਵੀ ਤਰਨ ਤਰਾਂ ਦੇ ਸਵਾਲ ਖੜੇ ਹੋ ਰਹੇ ਸਨ ਸਿਹਤ ਵਿਭਾਗ ਦੇ ਉੱਤੇ ਵੀ ਕਿਉਂਕਿ ਲੋਕਾਂ ਵਿੱਚ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲ ਚੁੱਕੀ ਸੀ ਕਿ ਜੋ ਕਰੋਨਾ ਮਰੀਜ਼ ਹੁੰਦੇ ਨੇ ਉਹਨਾਂ ਨੂੰ ਹਸਪਤਾਲ ਲਿਜਾ ਕੇ ਉਹਨਾਂ ਦੇ ਅੰਗ ਕੱਢ ਕੇ ਵੇਚ ਦਿੱਤੇ ਜਾਂਦੇ ਨੇ ਜਿਸ ਕਾਰਨ ਕਈ ਵਾਰੀ ਕਰੋਨਾ ਮਰੀਜ਼ਾਂ ਦੀ ਮੌਤ ਵੀ ਹੋ ਜਾਂਦੀ ਹੈ ਅਜੇ ਹੋਰ ਕਈ ਸਵਾਲ ਸਨ ਕਿ कोरोना रिपोर्ट पॉजिटिव ਹੋਵੇ ਚਾਹੇ ਨਾ ਹੋਵੇ ਇੱਕਦਮ ਉਸ ਮਰੀਜ਼ ਨੂੰ ਪੋਜ਼ੀਟਿਵ ਦੱਸ ਕੇ ਚਾਹੇ ਉਹ ਕਿਸੇ ਹੋਰ ਬਿਮਾਰੀ ਨਾਲ ਪੀੜਿਤ ਹੋਵੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰ ਦਿੱਤਾ ਜਾਂਦਾ ਹੈ ਤੇ ਜਿਸ ਕਾਰਨ ਅਚਾਨਕ ਉਸ ਦੀ ਮੌਤ ਵੀ ਹੋ ਜਾਂਦੀ ਹੈ ਅਜੇ ਹੋਰ ਕਈ ਸਵਾਲ ਨੇ ਜੋ ਕਿ ਸਿਹਤ ਵਿਭਾਗ ਤੇ ਖੜੇ ਹੋ ਰਹੇ ਸਨ ਜਿਸ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਕੀਤਾ ਹੈ ਕਿ ਕੋਰੋਨਾ ਟੈਸਟ ਕਰਵਾਉਣਾ ਲਾਜ਼ਮੀ ਹੋਵੇਗਾ ਤੇ ਜੇਕਰ ਕੋਈ ਵਿਅਕਤੀ ਕਰੋਨਾ ਡਾਸਟਿੰਗ ਟੀਮਾਂ ਦਾ ਬਾਈਕਾਟ ਕਰਦਾ ਹੈ ਤਾਂ ਉਸ ਦੇ ਖਿਲਾਫ ਐਫਆਈਆਰ ਦਰਜ ਕੀਤੀ ਜਾਵੇਗੀ ਪਿੰਡਾਂ ਦੇ ਸਰਪੰਚਾਂ ਤੇ ਕਾਰਵਾਈ ਕੀਤੀ ਜਾਵੇਗੀ ਤੇ ਨਾਲ ਹੀ ਹਸਪਤਾਲਾਂ ਦੇ ਵਿੱਚ ਕੋਰੋਨਾ ਟੈਸਟਿੰਗ ਕਰਵਾਉਣ ਨੂੰ ਲੈ ਕੇ ਪਰਚੀਆਂ ਬਣਾਉਣ ਨੂੰ ਲੈ ਕੇ ਲੰਬੀਆਂ-ਲੰਬੀਆਂ ਕਤਾਰਾਂ ਲੱਗਦੀਆਂ ਸਨ ਜਿਸ ਨੂੰ ਲੈ ਕੇ ਲੋਕ ਵੀ ਕਾਫੀ ਪਰੇਸ਼ਾਨ ਹੁੰਦੇ ਸਨ ਕਿ ਲੰਮਾ ਸਮਾਂ ਖੜਕੇ ਉਹਨਾਂ ਨੂੰ ਲਾਈਨਾਂ ਦੇ ਵਿੱਚ ਖੜਕੇ ਪਹਿਲਾਂ ਪਰਚੀ ਬਣਾਉਣੀ ਪੈਂਦੀ ਸੀ ਫਿਰ ਉਹਨਾਂ ਦਾ ਨੰਬਰ ਆਉਂਦਾ ਸੀ ਤਾਂ ਹੀ ਉਹ ਜਾ ਕੇ ਅੱਗੇ ਕੋਰੋਨਾ ਟੈਸਟ ਕਰਵਾਉਂਦੇ ਸਨ ਸੋ ਕਾਫੀ ਸਮੇਂ ਦੀ ਬਰਬਾਦੀ ਸੀ ਸੋ ਇਸ ਨੂੰ ਦੇਖਦੇ ਹੋਏ ਵੀ ਪੰਜਾਬ ਸਰਕਾਰ ਨੇ ਲੋਕਾਂ ਨੂੰ ਰੈਡ ਦਿੱਤੀ ਹੈ ਕਿ ਜਿਹੜੇ ਹੁਣ ਪਰਚੀ ਵਾਲਾ ਸਿਸਟਮ ਖਤਮ ਕਰ ਦਿੱਤਾ ਗਿਆ ਹੈ ਸਿੱਧਾ ਹੀ ਤੁਹਾਡੇ ਆਧਾਰ ਕਾਰਡ ਦੇ ਜ਼ਰੀਏ ਤੁਹਾਡੇ ਮੋਬਾਈਲ ਫੋਨ ਦੇ ਜ਼ਰੀਏ ਕਾ ਕਰੋਨਾ ਟੈਸਟ ਹੋਵੇਗਾ ਆਧਾਰ ਕਾਰਡ ਦੇ ਨੰਬਰ ਜਾਂ ਕੋਈ ਇੱਕ ਨਵੀਂ ਤਕਨੀਕ ਲਿਆਂਾਈ ਜਾਵੇਗੀ ਜਿਸ ਦੇ ਤਹਿਤ ਕਿ ਪਰ ਲਾਈਨਾਂ ਦੇ ਵਿੱਚ ਲੱਗਣ ਦੀ ਜ਼ਰੂਰਤ ਨਾ ਪਵੇ ਤੁਹਾਡੇ ਆਧਾਰ ਕਾਰਡ ਤੇ ਮੋਬਾਈਲ ਫੋਨ ਦੇ ਰਾਹੀਂ ਤੁਹਾਡਾ ਕਰੋਨਾ ਟੈਸਟ ਕਰਵਾ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਸੰਗਰੂਰ ਦੇ ਡੀਸੀ ਦੀ ਗੱਲ ਕਰੀਏ ਤਾਂ ਜਦੋਂ ਪੰਜਾਬ ਸਰਕਾਰ ਨੇ ਐਲਾਨ ਕੀਤਾ ਸੀ ਕਿ ਕਰੋਨਾ ਟੈਸਟ ਕਰਵਾਉਣਾ ਲਾਜ਼ਮੀ ਹੈ ਤਾਂ ਸੰਗਰੂਰ ਦੇ ਡੀਸੀ ਨੇ ਵੀ ਸਾਫ਼ ਤੌਰ ਤੇ ਗੱਲ ਆਖ ਦਿੱਤੀ ਸੀ ਕਿ ਜੇਕਰ ਕੋਈ ਵੀ ਇਸ ਦੀ ਉਲੰਘਣਾ ਕਰਦਾ ਹੈ ਉਸ ਦੇ ਖਿਲਾਫ ਸਖਤ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਅਨਲੌਕ 4.0 ਦਾ ਚੌਥਾ ਪ੍ਰਾਰ ਚੱਲ ਰਿਹਾ ਹੈ ਅਜੇ ਦੇ ਵਿੱਚ ਕੇਂਦਰ ਸਰਕਾਰ ਵੀ ਕੋਸ਼ਿਸ਼ਾਂ ਕਰ ਰਹੀ ਹੈ ਪੰਜਾਬ ਸਰਕਾਰ ਵੀ ਕੋਸ਼ਿਸ਼ਾਂ ਕਰ ਰਹੀ ਹੈ ਕਿ ਇਸ ਕਰੋਨਾ ਦੇ ਦੌਰ ਦੇ ਵਿੱਚ ਲੋਕਾਂ ਨੂੰ ਰੈਇਤਾਂ ਦਿੱਤੀਆਂ ਜਾਣ ਸੋ ਅੱਜ ਜੋ ਹੈ ਕੇਂਦਰ ਸਰਕਾਰ ਦੇ ਵੱਲੋਂ ਵਾਹਨਾਂ ਨੂੰ ਲੈ ਕੇ ਗਾਈਡਲਾਈਨ ਜਾਰੀ ਕੀਤੀ ਹੈ ਜਿਸ ਵਿੱਚ ਉਹਨਾਂ ਇਹ ਗੱਲ ਆਖੀ ਹੈ ਕਿ ਜੇਕਰ ਤੁਸੀਂ ਸਾਈਕਲ ਤੇ ਕਿਤੇ ਜਾ ਰਹੇ ਹੋ ਇਕੱਲੇ ਹੋ ਤਤੌਡੇ ਮੂੰਹ ਤੇ ਮਾਸਕ ਨਹੀਂ ਹੈਗਾ ਤਾਂ ਇਹ ਜ਼ਰੂਰੀ ਨਹੀਂ ਕਿ ਮਾਸਕ ਪੋਣਾ ਤੁਸੀਂ ਇਕੱਲੇ ਜਾ ਰਹੇ ਹੋ ਤਾਂ ਜ਼ਰੂਰ ਪੋਣਾ ਹੀ ਪਾਏਗਾ ਜਾਂ ਤੁਹਾਨੂੰ ਜ਼ੁਰਮਾਨਾ ਹੋਵੇਗਾ ਇਹ ਕੋਈ ਮਾਮੂਦਾ ਨਹੀਂ ਇਸ ਨੂੰ ਸਾਫ਼ ਤੌਰ ਤੇ ਜੋ ਸਿਹਤ ਮੰਤਰਾਲੇ ਦੇ ਵੱਲੋਂ ਖਾਰਜ ਕਰ ਦਿੱਤਾ ਗਿਆ ਹੈ ਕਿ ਸਾਈਕਲ ਦੇ ਉੱਤੇ ਗੱਡੀ ਦੇ ਵਿੱਚ ਜੇਕਰ ਤੁਸੀਂ ਸਿਰਫ ਇਕੱਲੇ ਜਾ ਰਹੇ ਹੋ ਤਾਂ ਮੂੰਹ ਤੇ ਮਾਸਕ ਪਾਉਣਾ ਲਾਜ਼ਮੀ ਨਹੀਂ ਹਾਂ ਜੇਕਰ ਗੱਡੀ ਦੇ ਵਿੱਚ ਤੁਹਾਡੇ ਤੋਂ ਇਲਾਵਾ ਕੋਈ ਹੋਰ ਵੀ ਬੈਠਾ ਤੁਹਾਡੇ ਨਾਲ ਤੁਹਾਡਾ ਪਰਿਵਾਰਿਕ ਮੈਂਬਰ ਦੋਸਤ ਮਿੱਤਰ ਤਾਂ ਉਸ ਸਮੇਂ ਗੱਡੀ ਦੇ ਵਿੱਚ ਮਾਸਕ ਪਾਉਣਾ ਲਾਜ਼ਮੀ ਹੋਵੇਗਾ ਹਾਲਾਂਕਿ ਪੰਜਾਬ ਸਰਕਾਰ ਨੇ ਸਾਫ਼ ਤੌਰ ਤੇ ਗੱਲ ਆਖੀ ਹੈ ਕਿ ਗੱਡੀਆਂ ਦੇ ਵਿੱਚ ਸਿਰਫ ਤਿੰਨ ਜਣੇ ਹੀ ਬੈਠ ਸਕਦੇ ਨੇ ਤਿੰਨ ਤੋਂ ਵੱਧ ਸਵਾਰੀਆਂ ਤੁਸੀਂ ਗੱਡੀ ਦੇ ਵਿੱਚ ਨਹੀਂ ਬਿਠਾ ਸਕਦੇ ਦੂਜੇ ਪਾਸੇ ਸਾਈਕਲਾਂ ਦੀ ਗੱਲ ਕਰੀਏ ਜੇਕਰ ਤੁਸੀਂ ਆਪਣੇ ਇੱਕ ਗਰੁੱਪ ਦੇ ਵਿੱਚ ਸਾਈਕਲਿੰਗ ਕਰ ਰਹੇ ਹੋ ਜਾਂ ਘੁੰਮਣ ਫਿਰਨ ਜਾ ਰਹੇ ਹੋ ਤਾਂ ਉਸ ਸਮੇਂ ਵੀ ਤੁਹਾਡੇ ਸਾਰਿਆਂ ਦੇ ਮੂੰਹ ਤੇ ਮਾਸਕ ਪਾਉਣਾ ਲਾਜ਼ਮੀ ਹੋਵੇਗਾ ਜੇਕਰ ਨਹੀਂ ਪਾਇਆ ਹੋਵੇਗਾ ਤਾਂ ਤੁਹਾਡੇ ਤੇ ਕਾਰਵਾਈ ਕੀਤੀ ਜਾਵੇਗੀ ਸਾਡੇ ਕਈ ਦਰਸ਼ਕਾਂ ਦੇ ਕਮੈਂਟ ਵੀ ਆ ਰਹੇ ਨੇ ਕਿ ਆਖਿਰ ਦੋ ਵਾਨਾ ਦੇ ਉੱਤੇ ਯਾਨੀ ਟੂ व्हीਲਰ ਦੇ ਉੱਤੇ ਕੋਈ ਰਹਿ ਦਿੱਤੀ ਗਈ ਹੈ ਜਾਂ ਨਹੀਂ ਤਾਂ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਵਾਂਗੀ ਸਾਫ਼ ਤੌਰ ਤੇ ਪੁਕੇਂਦਰ ਸਰਕਾਰ ਨੇ ਮੋਟਰਸਾਈਕਲ ਸਕੂਟਰ ਸਕੂਟੀ ਨੂੰ ਲੈ ਕੇ ਕੋਈ ਵੀ ਇਸ ਸੰਬੰਧੀ ਗਾਈਡਲਾਈਨ ਜਾਰੀ ਨਹੀਂ ਕੀਤੀ ਸਿਰਫ ਤੇ ਸਿਰਫ ਸਾਈਕਲ ਤੇ ਗੱਡੀ ਨੂੰ ਲੈ ਕੇ ਗਾਈਡਲਾਈਨ ਜਾਰੀ ਕੀਤੀ ਗਈ ਹੈ ਸੋ ਹੁਣ ਵੇਖਣਾ ਹੋਵੇਗਾ ਕਿ ਹੁਣ ਮੋਟਰਸਾਈਕਲ ਸਕੂਟਰ ਦੇ ਉੱਤੇ ਵੀ ਰੈਤਾਂ ਦਿੱਤੀਆਂ ਜਾਂਦੀਆਂ ਨੇ ਜਾਂ ਨਹੀਂ ਕਿਉਂਕਿ ਅਕਸਰ ਅਸੀਂ ਵੇਖਦੇ ਹਾਂ ਕਿ ਕਮਾਂਕਾਰਾਂ ਤੇ ਲੋਕ ਜਾਂਦੇ ਨੇ ਤਾਂ ਕਈ ਵਾਰੀ ਟੂ ਵੀਲਰ ਦੇ ਉੱਤੇ ਇੱਕ ਵਿਅਕਤੀ ਹੀ ਹੁੰਦਾ ਹੈ ਤਾਂ ਉਸ ਨੂੰ ਵੀ ਮਾਸਕ ਪੋਣਾ ਲਾਜ਼ਮੀ ਕੀਤਾ ਗਿਆ ਕੇਂਦਰ ਸਰਕਾਰ ਨੇ ਸੋ ਵਿਚਾਰ ਕੀਤਾ ਜਾ ਰਿਹਾ ਹੈ ਕੇਂਦਰ ਸਰਕਾਰ ਦੇ ਵੱਲੋਂ ਕਿ ਇਸ ਨੂੰ ਵੀ ਖਤਮ ਕੀਤਾ ਜਾਵੇ ਪਰ ਦੂਜੇ ਪਾਸੇ ਇੱਕ ਇਹ ਵੀ ਸਵਾਲ ਖੜਾ ਹੁੰਦਾ ਹੈ ਕਿ ਗੱਡੀ ਦੇ ਵਿੱਚ ਤਾਂ ਅਸੀਂ ਇਕੱਲੇ ਬੈਠ ਸਕਦੇ ਹਾਂ ਤਾਂ ਉਸ ਸਮੇਂ ਮਾਸਕ ਪਾਉਣਾ ਲਾਜ਼ਮੀ ਨਹੀਂ ਜੇਕਰ ਅਸੀਂ ਗੱਡੀ ਤੋਂ ਉੱਤਰ ਕੇ ਕਿਸੇ ਦੁਕਾਨ ਤੇ ਜਾਂਦੇ ਆ ਜਾਂ ਕਿਸੇ ਨਾਲ ਗੱਲਬਾਤ ਕਰਦੇ ਆ ਜਾਂ ਕਿਸੇ ਵੀ ਕਾਰਜ ਲਈ ਗੱਡੀ ਤੋਂ ਬਾਹਰ ਨਿਕਲਦੇ ਆ ਜੇ ਸਾਡੇ ਨਾਲ ਕੋਈ ਵਿਅਕਤੀ ਖੜਾ ਹੁੰਦਾ ਤਾਂ ਉਸ ਸਮੇਂ ਵੀ ਤੁਹਾਡੇ ਮੂੰਹ ਤੇ ਮਾਸਕ ਪਾਉਣਾ ਲਾਜ਼ਮੀ ਹੈ ਜੇਕਰ ਉਸ ਸਮੇਂ ਤੁਹਾਡੇ ਮੂੰਹ ਤੇ ਮਾਸਕ ਨਹੀਂ ਹੋਵੇਗਾ ਤਾਂ ਤੁਹਾਨੂੰ ਵੀ ਜ਼ੁਰਮਾਨੇ ਦਾ ਭੁਗਤਾਨ ਕਰਨਾ ਪੈ ਸਕਦਾ ਹੈ ਸੋ ਅਜਈਆਂ ਗੁਤਾਈਆਂ ਨਾ ਵਰਤੀਏ ਕਿ ਅਸੀਂ ਖੁਦ ਕੋਰੋਨਾ ਦਾ ਸ਼ਿਕਾਰ ਹੋ ਜਾਈਏ ਤੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਕਿਲੰਦਾ ਸਾਹਮਣਾ ਕਰਨਾ ਪਵੇ ਜੇਕਰ ਸਰਕਾਰਾਂ ਸਾਨੂੰ ਰਾਹਤਾਂ ਦੇ ਰਹੀਆਂ ਨੇ ਤਾਂ ਅਸੀਂ ਉਹਨਾਂ ਦੀ ਸਹੀ ਢੰਗ ਦੇ ਨਾਲ ਪਾਲਣਾ ਕਰੀਏ ਤਾਂ ਕਿ ਇਸ ਕਰੋਨਾ ਮਹਾਮਾਰੀ ਤੋਂ ਆਪਣਾ ਤੇ ਦੂਜਿਆਂ ਦਾ ਬਚਾਅ ਕੀਤਾ ਜਾਵੇ ਫਿਲਹਾਲ ਇਸ ਅਪਡੇਟ ਦੇ ਵਿੱਚ ਇੰਨਾ ਹੀ ਜੁੜੇ ਹੋ ਸਪੋਕਸਮੈਨ ਟੀਵੀ ਦੇ ਨਾਲ